interesanti per tal. ਇੱਕ ਵਾਰੀ ਦੀ ਗੱਲ ਹੈ, ਇੱਕ ਬਤਖ ਹੁੰਦੀ ਸੀ ਜਿਸ ਦੀ ਮਾੜੀ ਕਿਸਮਤ ਇਹ ਸੀ, ਉਹ ਇੱਕ ਬੁੱਢੇ ਅਤੇ ਆਲਸੀ ਕਿਸਾਨ ਨਾਲ ਰਹਿੰਦੀ ਸੀ। ਬਤਖ ਸਾਰਾ ਕੰਮ ਕਰਦੀ ਰਹਿੰਦੀ ਅਤੇ ਕਿਸਾਨ ਸਾਰਾ ਦਿਨ ਵਿਹਲਾ ਮੰਜੇ 'ਤੇ ਪਿਆ ਰਹਿੰਦਾ ਸੀ। ਬਤਖ ਖੇਤਾਂ ਨੂੰ ਗਈ ਅਤੇ ਗਾਂ ਨੂੰ ਲੈ ਕੇ ਆਈ। ਕੰਮ ਕਿੱਦਾਂ ਚੱਲ ਰਿਹਾ ਹੈ, ਕਿਸਾਨ ਨੇ ਪੁੱਛਿਆ। ਬਤਖ ਨੇ ਜਵਾਬ ਦਿੱਤਾ, ਕਹਿ ਕਹਿ। ਬਤਖ ਪਹਾੜੀ ਤੋਂ ਭੇਡਾਂ ਨੂੰ ਲੈ ਕੇ ਆਈ। ਕੰਮ ਕਿੱਦਾਂ ਚੱਲ ਰਿਹਾ ਹੈ, ਕਿਸਾਨ ਨੇ ਪੁੱਛਿਆ। ਬਤਖ ਨੇ ਜਵਾਬ ਦਿੱਤਾ, ਕਹਿ ਕਹਿ। ਬਤਖ ਨੇ ਕੁਕੜੀਆਂ ਨੂੰ ਉਹਨਾਂ ਦੇ ਗੁੱਡੇ ਵਿੱਚ ਪਾਇਆ। ਕੰਮ ਕਿੱਦਾਂ ਚੱਲ ਰਿਹਾ ਹੈ, ਕਿਸਾਨ ਨੇ ਪੁੱਛਿਆ। ਬਤਖ ਨੇ ਜਵਾਬ ਦਿੱਤਾ, ਕਹਿ ਕਹਿ। ਸਾਰਾ ਦਿਨ ਮੰਜੇ 'ਤੇ ਪਿਆ ਰਹਿਣ ਕਰਕੇ ਕਿਸਾਨ ਮੋਟਾ ਹੋ ਗਿਆ ਅਤੇ ਵਿਚਾਰੀ ਬਤਖ ਸਾਰਾ ਦਿਨ ਕੰਮ ਕਰਕੇ ਅੱਕ ਗਈ। ਕੰਮ ਕਿੱਦਾਂ ਚੱਲ ਰਿਹਾ ਹੈ, ਕਹਿ ਕਹਿ। 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 ਵਿਚਾਰੀ ਬਤਖ ਉਜੜਿੰਦੀ, ਰੋਣ ਹਾਕੀ ਅਤੇ ਥੱਕੀ ਹੋਈ ਸੀ। ਕੁਕੜੀਆਂ, ਗਾਂ ਅਤੇ ਭੇਡ ਬਹੁਤ ਪਰੇਸ਼ਾਨ ਤੇ ਦੁਖੀ ਹੋ ਗਏ। ਉਹ ਬਤਖ ਨੂੰ ਬਹੁਤ ਪਿਆਰ ਕਰਦੇ ਸਨ, ਇਸ ਲਈ ਇੱਕ ਚਾਂਦਨੀ ਰਾਤ ਨੂੰ ਉਹ ਇਕੱਠੇ ਹੋਏ ਅਤੇ ਸਵੇਰੇ ਨੂੰ ਕੀ ਕਰਨਾ ਹੈ ਇਸ ਲਈ ਇੱਕ ਸਕੀਮ ਬਣਾਈ। ਗਾਂ ਨੇ ਕਿਹਾ, ਮੂ ਮੂ। ਭੇਡਾਂ ਨੇ ਕੀਤੀ, ਬੈ ਬੈ। ਕੁਕੜੀਆਂ ਨੇ ਕੀਤੀ, ਕੁੜ ਕੁੜ। ਅਤੇ ਇਹ ਉਹੀ ਸਕੀਮ ਸੀ ਜਿਹੜੀ ਉਹਨਾਂ ਨੇ ਸੋਚੀ ਸੀ। ਸਵੇਰੇ ਤੜਕਾ ਹੋਣ ਤੋਂ ਪਹਿਲਾਂ ਦਾ ਸਮੇਂ ਸੀ ਅਤੇ ਫਾਰਮ ਯਾਰਡ ਵਿੱਚ ਖਾਮੋਸ਼ੀ ਸੀ। ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਹੌਲੀ ਹੌਲੀ ਗਾਂ, ਭੇਡਾਂ ਅਤੇ ਕੁਕੜੀਆਂ ਘਰ ਦੇ ਅੰਦਰ ਵੜ ਗਏ। ਉਹ ਦੱਬੇ ਪੈਰੀ ਪਿਉੜੀ ਵਿੱਚ ਗਏ ਅਤੇ ਚਿੜ ਚਿੜ ਕਰਦਿਆਂ ਪੌੜੀਆਂ ਦੀ ਆਵਾਜ਼ ਵਿੱਚ ਹੌਲੀ ਹੌਲੀ ਉੱਪਰ ਚੜੇ। ਉਹ ਕਿਸਾਨ ਦੇ ਮੰਜੇ ਹੇਠਾਂ ਘੁਸਰ ਕੇ ਪਲਸੇਟੇ ਮਾਰਨ ਲੱਗੇ। ਮੰਜਾ ਹਿਲਣ ਲੱਗਾ ਤਾਂ ਕਿਸਾਨ ਨੂੰ ਜਾਗ ਆ ਗਈ ਅਤੇ ਉਸਨੇ ਕਿਹਾ, ਕੰਮ ਕਿੱਦਾਂ ਚੱਲ ਰਿਹਾ ਹੈ? ਅਤੇ ਬੈ ਬੈ, ਕੁੜ ਕੁੜ। ਤਦ ਜਦੋਂ ਉਹਨਾਂ ਨੇ ਉਸਦਾ ਮੰਜਾ ਚੱਕ ਲਿਆ ਤਾਂ ਉਹ ਰੌਲਾ ਪਾਉਣ ਲੱਗਾ। ਉਹਨਾਂ ਨੇ ਬੁੱਢੇ ਕਿਸਾਨ ਨੂੰ ਇੱਧਰ ਉੱਧਰ ਉਛਾਲ ਕੇ ਇਕਦਮ ਮੰਜੇ ਉੱਪਰੋਂ ਤੜਾਮ ਕਰਕੇ ਜ਼ਮੀਨ 'ਤੇ ਸੁੱਟ ਦਿੱਤਾ।
ਰਾਜਾ ਵਿੱਚ ਉੱਥੋਂ ਦੌੜ ਗਿਆ। ਰਸਤੇ ਦੇ ਵਿੱਚੋਂ ਮੂੰਹ ਮੂੰਹ, ਖੇਤਾਂ ਦੇ ਵਿੱਚੋਂ ਪੈ ਪੈ, ਪਹਾੜੀ ਦੇ ਉੱਪਰੋਂ ਕੁੜ ਕੁੜ, ਅਤੇ ਫਿਰ ਉਹ ਕਦੀ ਵਾਪਸ ਨਹੀਂ ਆਇਆ। ਬਤਖ ਸੁੱਤੀ ਉੱਠੀ ਅਤੇ ਥੱਕੀ ਹਾਰੀ ਤੁਰਦੀ ਹੋਈ ਵਾੜੇ ਵਿੱਚ ਗਈ, ਅਤੇ ਉਹ ਇਸ ਉਡੀਕ ਵਿੱਚ ਸੀ ਕਿ ਉਸਨੂੰ ਇਹ ਸਵਾਲ ਸੁਣੇਗਾ, ਕੰਮ ਕਿੱਦਾਂ ਚੱਲ ਰਿਹਾ ਹੈ, ਪਰ ਕੋਈ ਨਹੀਂ ਬੋਲਿਆ। ਫਿਰ ਗਾਂ, ਭੇਡ ਅਤੇ ਕੁਕੜੀਆਂ ਵਾਪਸ ਆ ਗਈਆਂ। ਬਤਖ ਨੇ ਪੁੱਛਿਆ, ਕੈਂ ਕੈਂ? ਗਾਂ ਨੇ ਕਿਹਾ, ਮੂੰ ਮੂੰ। ਭੇਡਾਂ ਨੇ ਕੀਤੀ ਪੈਂ ਪੈਂ, ਕੁਕੜੀਆਂ ਨੇ ਕੀਤੀ ਕੁੜ ਕੁੜ, ਜਿਸ ਨਾਲ ਬਤਖ ਨੂੰ ਪੂਰੀ ਕਹਾਣੀ ਦਾ ਪਤਾ ਚੱਲ ਗਿਆ। ਫਿਰ ਮੂੰਹ ਮੂੰਹ, ਪੈਂ ਪੈਂ, ਕੁੜ ਕੁੜ ਅਤੇ ਕੈਂ ਕੈਂ ਕਰਦੇ ਹੋਏ ਉਹ ਸਾਰੇ ਆਪਣੇ ਖੇਤ ਵਿੱਚ ਆਪਣਾ ਆਪਣਾ ਕੰਮ ਕਰਨ ਲੱਗੇ।